ਤਪਦੀ ਗਰਮੀ ਤੋਂ ਬਾਅਦ ਹੁਣ ਮੀਂਹ ਨੇ ਰਾਹਤ ਦਵਾਈ ਹੈ। ਜਿੱਥੇ ਗਰਮੀ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ, ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦੱਸ ਦਈਏ ਕਿ 2 ਦਿਨ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਤੇ ਲੋਕ ਵੀ ਅੱਕੇ ਹੋਏ ਸਨ, ਤਾਂ ਹੁਣ ਕਈ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਬਰਸਾਤ ਹੋ ਰਹੀ ਹੈ। ਹਾਲਾਂਕਿ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਹੈ, ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਇਸ ਮੀਂਹ ਦੇ ਨਾਲ ਵੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਸੁੱਖ ਦਾ ਸਾਹ ਲਿਆ ਹੈ ਲੋਕਾਂ ਨੇ। ਤਸਵੀਰਾਂ ਚੰਡੀਗੜ੍ਹ ਸ਼ਹਿਰ ਦੀਆਂ ਨੇ। ਚੰਡੀਗੜ੍ਹ ਦੇ ਵਿੱਚ ਵੀ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਬੀਤੀ ਰਾਤ ਤੋਂ ਬੱਦਲਵਾਹੀ ਤੇ ਠੰਡੀਆਂ ਹਵਾਵਾਂ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਸਨ, ਤਾਂ ਹੁਣ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤੇ ਜਿਸ ਦਾ ਆਨੰਦ ਲੋਕ ਮਾਣ ਰਹੇ ਨੇ, ਕਿਉਂਕਿ ਲੋਕ ਉਡੀਕ ਕਰ ਰਹੇ ਸਨ ਕਦੋਂ ਇਸ ਤਪਦੀ ਗਰਮੀ ਤੋਂ ਨਿਜਾਤ ਮਿਲੇਗੀ। ਦੱਸ ਦਈਏ ਕਿ ਸਤੰਬਰ ਮਹੀਨੇ ਦੇ ਵਿੱਚ ਵੀ ਇਹ ਪਿਛਲੇ 2 ਦਿਨ ਜੂਨ ਜੁਲਾਈ ਵਰਗੀ ਗਰਮੀ ਰਹੀ ਹੈ ਤੇ ਲੋਕ ਇਸ ਗਰਮੀ ਤੋਂ ਪਰੇਸ਼ਾਨ ਸਨ। ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਨਜ਼ਰਾਂ ਸਨ ਕਿ ਕਦੋਂ ਮੀਂਹ ਦੀ ਕੋਈ ਸੂਚਨਾ ਮਿਲੇ, ਤਾਂ ਹੁਣ ਇਹ ਦੱਸ ਦਈਏ ਕਿ ਮੌਸਮ ਵਿਭਾਗ ਦੇ ਮੁਤਾਬਿਕ 2 ਦਿਨ ਮੀਂਹ ਰਹੇਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਤਾਪਮਾਨ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਏਗੀ, ਯਾਨੀ ਕਿ ਗਰਮੀ ਜਾਣ ਵਾਲੀ ਹੈ। ਸਵੇਰ ਤੇ ਸ਼ਾਮ ਦਾ ਤਾਪਮਾਨ ਬਦਲੇਗਾ, ਹੇਠਾਂ ਡਿੱਗਣਾ ਸ਼ੁਰੂ ਹੋਏਗਾ, ਜਿਸ ਤੋਂ ਬਾਅਦ ਠੰਡ ਆਏਗੀ। ਸੋ ਇੱਥੇ ਲੋਕਾਂ ਨੂੰ ਹੁਣ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਚੰਡੀਗੜ੍ਹ ਦੇ ਵਿੱਚ ਤਾਂ ਮੀਂਹ ਪੈ ਰਿਹਾ ਹੈ, ਤੁਸੀਂ ਵੀ ਦੱਸ ਸਕਦੇ ਹੋ ਕਮੈਂਟ ਕਰਕੇ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਕੀ ਹਾਲ ਹੈ। ਬੱਦਲਵਾਈ ਹੈ, ਹਵਾਵਾਂ ਚੱਲ ਰਹੀਆਂ ਨੇ, ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ। ਤਪਦੀ ਗਰਮੀ ਤੋਂ ਬਾਅਦ ਹੁਣ ਮੀਂਹ ਨੇ ਰਾਹਤ ਦਵਾਈ ਹੈ। ਜਿੱਥੇ ਗਰਮੀ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ, ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦੱਸ ਦਈਏ ਕਿ 2 ਦਿਨ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਤੇ ਲੋਕ ਵੀ ਅੱਕੇ ਹੋਏ ਸਨ, ਤਾਂ ਹੁਣ ਕਈ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਬਰਸਾਤ ਹੋ ਰਹੀ ਹੈ। ਹਾਲਾਂਕਿ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਹੈ, ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਇਸ ਮੀਂਹ ਦੇ ਨਾਲ ਵੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਸੁੱਖ ਦਾ ਸਾਹ ਲਿਆ ਹੈ ਲੋਕਾਂ ਨੇ। ਤਸਵੀਰਾਂ ਚੰਡੀਗੜ੍ਹ ਸ਼ਹਿਰ ਦੀਆਂ ਨੇ। ਚੰਡੀਗੜ੍ਹ ਦੇ ਵਿੱਚ ਵੀ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਬੀਤੀ ਰਾਤ ਤੋਂ ਬੱਦਲਵਾਹੀ ਤੇ ਠੰਡੀਆਂ ਹਵਾਵਾਂ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਸਨ, ਤਾਂ ਹੁਣ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤੇ ਜਿਸ ਦਾ ਆਨੰਦ ਲੋਕ ਮਾਣ ਰਹੇ ਨੇ, ਕਿਉਂਕਿ ਲੋਕ ਉਡੀਕ ਕਰ ਰਹੇ ਸਨ ਕਦੋਂ ਇਸ ਤਪਦੀ ਗਰਮੀ ਤੋਂ ਨਿਜਾਤ ਮਿਲੇਗੀ। ਦੱਸ ਦਈਏ ਕਿ ਸਤੰਬਰ ਮਹੀਨੇ ਦੇ ਵਿੱਚ ਵੀ ਇਹ ਪਿਛਲੇ 2 ਦਿਨ ਜੂਨ ਜੁਲਾਈ ਵਰਗੀ ਗਰਮੀ ਰਹੀ ਹੈ ਤੇ ਲੋਕ ਇਸ ਗਰਮੀ ਤੋਂ ਪਰੇਸ਼ਾਨ ਸਨ। ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਨਜ਼ਰਾਂ ਸਨ ਕਿ ਕਦੋਂ ਮੀਂਹ ਦੀ ਕੋਈ ਸੂਚਨਾ ਮਿਲੇ, ਤਾਂ ਹੁਣ ਇਹ ਦੱਸ ਦਈਏ ਕਿ ਮੌਸਮ ਵਿਭਾਗ ਦੇ ਮੁਤਾਬਿਕ 2 ਦਿਨ ਮੀਂਹ ਰਹੇਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਤਾਪਮਾਨ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਏਗੀ, ਯਾਨੀ ਕਿ ਗਰਮੀ ਜਾਣ ਵਾਲੀ ਹੈ। ਸਵੇਰ ਤੇ ਸ਼ਾਮ ਦਾ ਤਾਪਮਾਨ ਬਦਲੇਗਾ, ਹੇਠਾਂ ਡਿੱਗਣਾ ਸ਼ੁਰੂ ਹੋਏਗਾ, ਜਿਸ ਤੋਂ ਬਾਅਦ ਠੰਡ ਆਏਗੀ। ਸੋ ਇੱਥੇ ਲੋਕਾਂ ਨੂੰ ਹੁਣ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਚੰਡੀਗੜ੍ਹ ਦੇ ਵਿੱਚ ਤਾਂ ਮੀਂਹ ਪੈ ਰਿਹਾ ਹੈ, ਤੁਸੀਂ ਵੀ ਦੱਸ ਸਕਦੇ ਹੋ ਕਮੈਂਟ ਕਰਕੇ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਕੀ ਹਾਲ ਹੈ। ਬੱਦਲਵਾਈ ਹੈ, ਹਵਾਵਾਂ ਚੱਲ ਰਹੀਆਂ ਨੇ, ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ।